ਇੱਦਾਂ ਕਰਦੀ ਹਾਂ, ਨਾਲੇ ਪੈਸੇ ਲੈ ਕੇ ਆਉਂਦੀ ਹਾਂ ਅਤੇ ਨਾਲੇ ਦਵਿੰਦਰ ਕੋਲ ਵਾਲੀਆਂ ਲੈ ਕੇ ਆਉਂਦੀ ਹਾਂ, ਦੀਦੀ ਨਾਲ ਸਲਾਹ ਕਰਦੀ ਹਾਂ। ਦੀਦੀ ਹਾਂ ਕੀ ਕਰਨ ਦੇ ਹੋ? ਨਵਾਂ ਹੀ ਪੈਕ ਆ, ਨਿਸ਼ਾਨੀਆਂ ਜਿਹੀਆਂ ਖਰਾਬ ਹੋ ਜਾਂਦੀਆਂ ਵਾ ਤੇ ਚੀਜ਼ ਹੀ ਬਰਬਾਦ ਹੋ ਜਾਂਦੀ ਹੈ। ਤੇ ਮੇਰੀ ਗੱਲ ਸੁਣੋ। ਹਾਂ ਮੇਰਾ ਇਰਾਦਾ ਸੀ ਮੈਂ ਦਵਿੰਦਰ ਕੋਲ ਜਾਵਾਂ ਵਾਲੀਆਂ ਲੈਣ। ਸੋਨੀਆ ਦਵਿੰਦਰ ਗਈ ਨੂੰ ਅਜੇ 2 ਦਿਨ ਹੀ ਹੋਏ ਆ ਤੇ ਜੇ ਤੂੰ ਪਿੱਛੇ ਹੁਣ ਤੁਰ ਪਈ ਨਾ ਤੇ ਘਰਦਿਆਂ ਦਾ ਪਤਾ ਹੀ ਆ, ਮਾਤਾ ਨੇ ਕੀ ਕਿਹਾ ਸੀ ਕੱਲ੍ਹ, ਘਰ ਦੇ ਵਿੱਚ ਲੜਾਈ ਬੜੀ ਪੈਣੀ ਆ, ਹੈ ਨਾ? ਉੱਦਾਂ ਵੀ ਸ਼ੱਕ ਕਰ ਲੈਣਾ ਜੇ ਤੂੰ ਪਰਦੇ ਨਾ ਵੀ ਗਈ ਤੇ। ਮੇਰੀ ਗੱਲ ਸੁਣੋ, ਜੇ ਕਿ ਉਹ ਸਿੱਧੀ ਉਂਗਲਾਂ ਨਹੀਂ ਤੇ ਫਿਰ ਇਹਦੇ ਨਾਲ ਟੇਢੀ ਨਾ ਹੀ ਸਹੀ। ਮੈਂ ਜਾਣਾ ਬੈਂਕ 'ਚ ਪੈਸੇ ਲੈਣ ਅਤੇ ਮੈਂ ਕਹੂੰਗੀ ਬੈਂਕ 'ਚ ਪੈਸੇ ਲੈ ਕੇ ਤੇ ਮੈਂ ਉੱਧਰ ਚੱਲ ਗਈ, ਦਵਿੰਦਰ ਕੋਲ ਚੱਲ ਗਈ, ਉੱਥੇ ਕਿਹੜਾ ਪਤਾ ਲੱਗਣ ਦਿਆਂ? ਕੌਣ ਸੰਭਾਲੂਗਾ, ਬੀਜੀ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ। ਬੀਜੀ ਨੂੰ ਮੈਂ ਦੱਸ ਕੇ ਜਾਊਂਗੀ, ਬੀਜੀ ਨਾ ਕਰਨਗੇ ਤੇ ਤਾਂ ਵੇਖਿਓ, ਬੀਜੀ ਨੇ ਤਾਂ ਕਹਿਣਾ ਜਾ, ਬੀਜੀ ਨੂੰ ਮੈਂ ਕਹਿਣਾ ਹੀ ਉਸ ਹਿਸਾਬ ਨਾਲ ਵਾ। ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਤਾਂ ਰਹਿਣਾ ਭੋਲੇ ਦੇ ਭੋਲੇ ਆ, ਤੁਹਾਨੂੰ ਨਹੀਂ ਕੋਈ ਚੀਜ਼ ਦਾ ਪਤਾ ਲੱਗਣਾ, ਤੁਸੀਂ ਤਾਂ ਗਵਾਲੀਆਂ ਨਾ ਹੱਥੋਂ ਵਾਲੀਆਂ ਤੇ ਹੁਣ ਨਹੀਂ ਜੇ ਮਿਲਣੀਆਂ ਤੇ, ਪਰ ਮੈਂ ਤੁਹਾਨੂੰ ਲਿਆ ਕੇ ਦਊਂਗੀ, ਵੇਖਿਓ ਸਹੀ। ਡਰ ਜਿਹਾ ਲੱਗਦਾ ਲੜਾਈ ਤੋਂ, ਤੁਸੀਂ ਤੇ ਡਰਦੇ ਰਹਿਣਾ ਬਸ। ਆਲੀਆਂ ਕੰਨਾਂ ਤੋਂ ਲਵਾ ਕੇ ਨਾ ਆਦੀਆਂ ਤੇ ਤਾਂ ਕਿਉਂ, ਇਹਨੂੰ ਕਿੱਦਾਂ ਲੱਗੂਗਾ ਪਤਾ ਕਿ ਵਾਹ ਕਿਹਦੇ ਨਾਲ ਪਿਆ। ਤੂੰ ਕਿੱਥੋਂ ਨਿਕਲਿਆ? ਇੱਥੋਂ ਸਾਹਮਣੇ ਆਈ, ਇੱਥੇ ਕੰਨ ਡਿਆ ਗੱਲਾਂ ਸੁਣ ਡਿਆ ਸੀ ਤੁਹਾਡੀਆਂ। ਕਿੱਦਾਂ ਜਵਾਬ ਲੁਸੀ ਕਰਦਾ ਵਾ, ਤੈਨੂੰ ਕੰਮ ਹੈ ਨੀ ਕੋਈ? ਗੱਲਾਂ ਨੀ ਸੁਣੀਦੀਆਂ ਵੀ ਦੀਆਂ, ਜਿੱਦਾਂ ਨਾਲੇ ਅਸੀਂ ਤਾਂ ਕਰਦੀਆਂ ਹੀ ਗੱਲਾਂ ਕਰਨ ਦੇ ਆ। ਮੈਂ ਚੱਲੀ ਪੈਸੇ ਲੈਣ ਚੱਲੀ ਨਾ ਖਾਲੀ ਤੇ ਮੈਂ ਕਿਹਾ ਚੱਲ ਤੇਰੀ ਮੰਮੀ ਨੂੰ ਨਾਲੇ ਦਵਾਈ ਤੇ ਕਹਿਣ ਡਈ ਚੱਲ ਮਿਲ ਕੇ ਲਾਉਂਗੀ। ਮੈਂ ਸਾਰਾ ਕੁਝ ਸੁਣਿਆ ਵਾ, ਪਰਦੇ ਪਿੱਛੇ ਲੁਕਿਆ ਸੀ, ਹੁਣ ਉਹਦੇ ਪਰਦੇ ਜੇ ਨਾ ਪਾਓ ਜਿੱਦਾਂ ਦੀ ਮਾਂ ਤੇ ਉਦਾਂ ਦਾ ਪੁੱਤ ਜੇ ਸੋਨੀ ਲਿਆ ਵਾ ਨਾ। ਯਾ ਗੱਲ ਫਿਰ ਦੱਸ ਦੇ। ਹਾਏ ਹਾਏ ਨਹੀਂ 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 ਬੈਜਾ ਮੈਂ ਤਾਂ ਉਦਾਂ ਹੀ ਕਹਿਣੀ ਵੀ ਸੋਹਣਾ ਵਾ। ਮਿੰਟ ਲਾਣਾ ਮੰਮੀ ਨੂੰ ਫੋਨ ਕਰਨ ਲੱਗਿਆ ਮਿੰਟ ਨਾ ਪੁੱਤ ਨਾ, ਮੈਂ ਤੇ ਕਹਿਣੀ ਆ ਕਿ ਜਿੱਦਾਂ ਦੀ ਮਾਂ ਸੋਹਣੀ ਆ ਉਦਾਂ ਦਾ ਪੁੱਤ ਸੋਹਣਾ ਵਾ, ਮੈਂ ਤਾਂ ਨਹੀਂ ਕੋਈ ਗੱਲ ਕੀਤੀ। ਗੱਲ ਸੁਣ, ਇੱਦਾਂ ਦੀਆਂ ਗੱਲਾਂ ਵੱਡਿਆਂ ਨੂੰ ਨਹੀਂ ਦੱਸਦੀਆਂ, ਘਰਾਂ 'ਚ ਲੜਾਈ ਪੈਂਦੀ, ਅੱਗੇ ਵੀ ਤੈਨੂੰ ਪਤਾ ਨਾਲੇ ਕਿੰਨੀ ਲੜਾਈ ਪਈ ਆ, ਨਾਲੇ ਤੂੰ ਹੀ ਦੱਸ ਜਿਹੜੀ ਉਹਨੇ ਹਰਕਤ ਕੀਤੀ ਉਹ ਸਹੀ ਸੀ? ਨਹੀਂ ਹੈ ਤੇ ਗੱਲ ਤਾਂ ਨਹੀਂ, ਅੱਗੇ ਆਪਾਂ ਮੈਂ ਕਿਹੜਾ ਤੁਹਾਨੂੰ ਪਤਾ ਦੱਸਦਾ ਵਾਂ, ਪਰ ਇਹ ਆ ਵੀ ਕੋਈ ਵੀ ਕੰਮ ਹੋਵੇ ਹਣਾ ਮਿਹਨਤ ਹੁੰਦੀ ਆ ਵੀ ਤੇ ਬਸ ਇਹਨੂੰ ਤੇ ਬਸ ਪੈਸਿਆਂ ਨਾਲ ਹੀ ਰਹਿੰਦਾ ਆ, ਕੋਈ ਜ਼ਿਆਦਾ ਨਹੀਂ। ਰੋਜ਼ ਦੇ 50 ਰੋਜ਼ ਦਾ 50 ਤੇ ਸਾਨੂੰ ਨਹੀਂ ਮਿਲਦੇ, ਅਸੀਂ ਕਿਹੜੀ ਨੌਕਰੀ ਕਰਦੇ ਹਾਂ ਤੈਨੂੰ ਕਿੱਥੇ ਦੇਵਾਂਗੇ? ਮਹੀਨੇ ਬਾਅਦ ਤੇ ਤਨਖਾਹ, ਸਾਡੀ ਮਰਜ਼ੀ ਆ, ਫੋਨ ਦੀ ਗੱਲ ਸੁਣ, ਮੇਰੀ ਗੱਲ ਸੁਣ, ਤਾਂ ਸਾਰਾ ਕੁਝ ਤੈਨੂੰ ਖਾਣ ਪੀਣ ਨੂੰ ਮਿਲਦਾ, ਖੀਰ ਬਣਾ ਕੇ ਦਿੰਦੀ ਨਾ ਜਿਹੜੀ ਚੀਜ਼ਾਂ ਘਰ ਹੈਗੀਆਂ, ਤੁਸੀਂ ਖਾਓ ਖੀਰ ਦੇਵਾਂਗੇ ਕਿਸੇ ਨਾਲ, 50 ਮੰਗਣ ਦਿਆ 100 ਦੇਵਾਂਗੇ, ਖਾਂਦਾ ਨਹੀਂ ਚਾਹਦਾ 100 ਨਹੀਂ ਰੋਜ਼ 50 ਮੈਨੂੰ ਚਾਹੀਦੇ ਆ, 25 ਤੂੰ ਦੇ ਦੇ 25 ਦੇ ਦੇ ਤੂੰ, ਇਹ ਗੱਲ ਤੇ ਸੋਹਣਾ ਮਹੀਨੇ ਬਾਅਦ ਤੇ ਤਨਖਾਹ ਆਉਂਦੀ ਸਾਡੀ, ਹਨਾ ਮਾਮਾ ਤੇਰਾ ਬੈਂਕ ਚ ਪਾਉਂਦਾ ਤੇ ਫਿਰ ਮੈਂ ਜਾ ਕੇ ਲੈ ਕੇ ਆਉਂਦੀ, ਜਾਂ ਤੇ ਸਾਡੀ ਦਿਹਾੜੀ ਲੱਗਦੀ ਹੋਵੇ ਤੇ ਤੈਨੂੰ ਰੋਜ਼ ਦੀ ਰੋਜ਼ ਦੇਈ ਜਾਈਏ, ਤੇ 50 ਦੇ ਹਿਸਾਬ ਨਾਲ ਜਿੰਨੇ ਬਣਦੇ ਮੈਨੂੰ ਇਕੱਠੇ ਦੇ ਦੋ, ਵੇਖ ਲਓ ਤੁਹਾਡੀ ਮਰਜ਼ੀ ਆ, ਫੋਨ ਦੂਰ ਨਹੀਂ ਆ, ਚੱਲ ਕੋਈ ਨਹੀਂ ਦੇ ਦਾਂਗੇ ਜਾ, ਹੈ ਦੇ ਦਾਂਗੇ ਜਾ, ਚੱਲ ਜਾਣਾ ਵਾ ਮੈਂ, ਚੱਲੀ ਆ, ਪਰ ਮੈਂ ਤੁਹਾਨੂੰ ਦੱਸਾਂ ਮੈਂ ਟਿੱਕੀਆਂ ਵੀ ਲੈ ਕੇ ਆਉਂਦੇ ਰਸਤੇ, ਮੇਰੀ ਗੱਲ ਜਿੰਨੀਆਂ ਮਰਜ਼ੀ ਸਕੀਮਾਂ ਲਾ ਲਓ ਵਾਲੀਆਂ ਨਹੀਂ ਤੁਹਾਨੂੰ ਮਿਲਣੀਆਂ, ਮਿਲ ਜਾਂਦੀ ਮੈਂ ਕਢਾਉਂਦੀ, ਮੈਨੂੰ ਜਾਂਚ ਕਢਾਉਂਦੀ, ਗਾੜੀ ਮੇਰੀ ਮੰਮੀ ਆ ਤੇ ਗਾੜੀ ਵੀ ਸੋਹਣੀਆ ਵਾ, ਤੇਲ ਫੂਕ ਕੇ ਖਰਚਾ ਕਰਕੇ ਜਾਣਾ ਫਾਇਦਾ ਕੋਈ ਨਹੀਂ, ਕਿਹੜਾ ਵੱਜਣਾ ਵਾ, ਗਾੜੀ ਵੀ ਸੋਹਣੀਆ ਵਾ ਕਢਾਉਣ ਵਾਲੀ, ਉਹ ਤੇ ਗਈਆਂ ਹੁਣ, ਹੌਸਲਾ ਰੱਖ ਮੰਮੀ ਹੁਣ, ਹੌਸਲਾ ਹੌਸਲਾ ਹੀ ਆ, ਚੱਲ ਜਾ ਕੱਟੀ ਨੂੰ ਪਾਣੀ ਦਾ ਆ ਦਾਇਆ, ਮੈਂ ਕੱਢਦੀ ਪੈਸੇ ਉਹਨਾਂ ਚ ਨਾ, ਜਾ ਤਾਂ ਜਾ ਲਿਆ ਦਾਂਗੇ, ਬੋ ਲਿਆ ਦਾਂਗੇ, ਤੇ ਨੂਡਲ ਚਾਹੀਦੇ ਆ, ਟਿੱਕੀਆਂ ਚਾਹੀਦੀਆਂ ਨਾ, ਲਿਆ ਦਾਂਗੇ ਜਾ, ਪਰ ਵਾਲੀਆਂ ਨਹੀਂ ਤੁਹਾਨੂੰ ਮਿਲਣੀਆਂ, ਸਕੀਮਾਂ ਤੁਹਾਡੀਆਂ ਫੇਲ ਆ। ਤੁਹਾਡਾ ਫੋਨ ਕਿੱਥੇ ਮਾਮੀ ਜੀ? ਅੰਦਰ ਗੱਲ ਸੁਣ ਸੋਨੀਆ, ਇਹਨੂੰ ਜਿੰਨੇ ਮਰਜ਼ੀ ਪੈਸੇ ਦੇ ਲਾ, ਇਹਨੂੰ ਤਾਂ ਜਿੱਦਣ ਕਿ ਇਹਨੇ ਕੋਲ ਖਾਣ ਨੂੰ ਦਿੱਤਾ ਇਹਨੇ ਤਾਂ ਸਾਰਾ ਕੁਝ ਉਗਲ ਦੇਣਾ, ਉਹ ਤਾਂ ਆਉਂਦਾ ਇਹਦਾ ਦਿਮਾਗ ਹੈ ਨਹੀਂ ਭੋਲਾ, ਵਾ ਭੋਲੇ ਇਹੋ ਜਿਹੇ ਭੋਲੇ ਚਲਾ ਦਿੰਦੇ ਆ। ਚੱਲ ਠੀਕ ਆ ਦੀਦੀ, ਮੈਂ ਜਾਵਾਂ ਤੇ ਮੈਂ ਨਾ ਪੁੱਛਾਂ ਬੀਜੀ, ਪਹਿਲਾਂ ਮੰਮੀ ਨੂੰ ਪੁੱਛ ਲਾ, ਮੈਂ ਬੀਜੀ ਪੁੱਛਣਾ ਹੀ ਉਸ ਹਿਸਾਬ ਨਾਲ, ਬੀਜੀ ਨੇ ਕਹਿਣਾ ਜਾ ਨਾ ਖੁਸ਼ ਹੋਣਗੇ ਤੇ ਤਾਂ ਕਿਉਂ, ਵੇਖਿਓ ਸਹੀ।
ਕਿੱਡੀਆਂ ਚਲਾਕ ਆ, ਕਿੱਡੇ ਪਲਾਨ ਬਣਾਉਣ ਦੀਆਂ, ਸਾਜ ਸਾਰਾ ਚੰਡੀਆਂ ਮੇਰੀ ਮੰਮੀ ਦੇ ਖਿਲਾਫ। ਜਿੱਦਾਂ ਮਰਜ਼ੀ ਆ, ਆਪਣੇ ਘਰ ਕੰਮ ਆਉਂਦਾ, ਇੰਨਾ ਕਿੰਨਾ ਚਿਰ ਖਵਾਉਣਾ ਮੈਨੂੰ, ਜਾਣਾ ਤਾਂ ਘਰ ਹੀ ਆ ਨਾ। ਕਰਤਾ ਨਾ ਮੰਮੀ ਨਾਲ ਗੱਲ ਵੀ ਆਉਣ ਲੱਗੀ ਆ। ਟੋਲਾ हेलो, गुड मॉर्निंग मम्मी, हाउ आर यू? हैं हाउ आ नी नहीं को मैं किदा अवेला, तू तो मेरी भांदी नहीं आ, तो मैनू फिर भी तेरा तरस आ जांदा वा, है तेरा ही पोता ना, होना की आ। सोनी मामी आन लगी हो, सोनी मामी, सोनी मामी आहो इत्थे ही आ, जिहड़ियां लैके चल गई वालियां उह लैण आन लगी आ। मैनू मैं सुनिया साजिशां रचन दी साजिशां, कहिंदी मैं बैंक दा कह के दविंदर को भी हो आना वा, ते नाले वालियां लैके आउनी उहदे को, ते होर की बाजा अमी ला के लका ला कड्डे गई। नहीं नहीं मैं नहीं, नहीं मैं नहीं आना, आ जाऊंगा मैं, जी गल कह वाल ध्यान दे। आन लगी वो बाजा, इन्हें ना दसी तेन मैं दसिया है, मैं डील की एक गल कह सुन ला, तेन मैं बचा पी मैनू, मैं नहीं आना, दिखाओ मर पर भलाई का जमाना ही नहीं आ। चल रुपये पजा लवान, चली ना जावे। अच्छा ते हुण इह सहुरिआं तों वालियां लवाउण आउणगीआं मेरीआं? नहीं आ माता नहीं अकल दे सकी कि किदां दे काम करदी फिरदी आ। हाए रब्बा शुकर आ अज मेरी सस नहीं इत्थे, रहिंदा खुंदा सस सामणे जलूस कढ देणा सी, उह ते मैनूं अगे नहीं जीण दिंदी। हद हो गई इहनां वाली, एडी कच्ची कूली मम्मी भी नहीं आ, आवे हैं भला किदां वालियां लवाउंदी आ। दविंदर माता कित्थे आ? ओह ते पिंड च प्रोग्राम आ, इहदे घर धमाण आ ते उत्थे गए आ। हाँ तू आपे आपे गल करी जांदी? ओह नहीं नहीं मैं ते इह कहण डई आ, फोन आया सी, मेरी निक्की भरजाई आउण डई आ, ते इदां करो खाण नूं कुछ लै आओ चंगे लगी दा। मेरी गल सुण, मुड़सल दा काम होण वाला सी, मैं अड्डे ते लाया, तो कोई गल नहीं बिस्कुट पे उन्हें ना सार ला। मेरी गल सुन, अगे तो तेरा भैन भरा कोई इतने वड़ता नहीं, हूँ तू दो महीने रह गई उत्थे, हूँ तेरी भरजाई इतने आन डी है, उधर गए हो जोबन ताड़े वाली भी हादी हुई, मैं एक ताड़ी समझ नहीं लगती, जो नहीं आते तो तू भी नाराजगी तेरे पेके वड़ते नहीं आ, तो जो अज आने लगे आता नहीं फिर की प्रॉब्लम आ, तुम चाहते की जे दसो मैनो। आवे बाबा मैं कुछ नहीं चाहता, जो खवाना खवा दे उन्होंने, ठीक है मैं चलिया काम। ताड़े नहीं काम मुकने मां पुत्ता दे, चंगा एक गलों ते बुढ़ी नहीं इत्थे, सोनी ने भी नक् चढ़ा चढ़ा गल्लां करनियां, पता नहीं की मेरी बदनामी कर देनी। चल चंगा माता ते आवे ना, दव दव तोड़ दूं चाह पानी प्याल के। बीजी की करन दे आ? बैठी आ लीड़े जोन दई हां। तुसीं वावा छां दा लाल लैंदे हो? बाहर निकलो ते धुप चली नहीं जांदी, एसीआं ने बीमारी करना वा, तुसीं ते बहुत वधिया करदे जिहड़े एसी च नहीं वड़दे, बीमारी कूलर ला लैंदी आ ते मारना। पहले लोग चंगे सी ना बीजी, ਰੇਕਾਂ ਥੱਲੇ ਬੋੜਾਂ ਥੱਲੇ ਬਹਿਣਾ, ਸਾਰਿਆਂ ਇਕੱਠਿਆਂ ਹੋ ਕੇ ਨਾਲੇ ਹੱਸਣਾ ਖੇਡਣਾ, ਨਾਲੇ ਰੌਣਕਾਂ ਲੱਗਣੀਆਂ। ਮੇਰੀ ਅਜੇ ਵੀ ਆਦਤ ਹੋਈ ਆ, ਮੈਂ ਦਰਸ ਥੱਲੇ ਬਹਿਣਾ ਜਾ ਕੇ। ਹੁਣ ਤਾਂ ਅੱਜ ਕੱਲ ਫੋਨ ਹੀ ਨਹੀਂ ਛੱਡਦੇ, ਕੱਲਾ ਜਿੰਨੇ ਘਰ ਕੋਈ ਪ੍ਰਾਹੁਣਾ ਆ ਜੇ ਕੱਲਾ ਕੱਲਾ ਫੋਨ ਲੈ ਕੇ ਬਹਿੰਦਾ, ਨਾ ਕਿ ਦੀ ਦੁੱਖ ਦੀ ਨਾ ਸੁੱਖ ਦੀ। ਪ੍ਰਾਹੁਣੇ ਦੀ ਕੋਈ ਬਾਤ ਹੀ ਨਹੀਂ ਪੁੱਛਦਾ ਵੀ ਕਿੱਧਰ ਆਇਆ ਵਾ। ਮੈਂ ਕਹਿੰਦੀ ਹਾਂ ਬਾਤ ਛੱਡ ਕੇ ਸਾਸਰੀ ਕਾਲ ਬੁਲਾ ਕੇ ਚੱਲ ਚੱਲ ਤੇ ਫੋਨ ਕਰ ਲੈਂਦੇ ਆਪਣੇ ਆਪਣੇ ਘਰ ਦੇ ਵੀ ਕੱਢ ਲੈਂਦੇ ਆ ਤੇ ਪ੍ਰਾਹੁਣੇ ਵੀ ਕੱਢ ਲੈਂਦੇ ਆ, ਤੇ ਨਾ ਕਿ ਦੀ ਦੁੱਖ ਦੀ ਨਾ ਸੁੱਖ ਦੀ, ਸਾਰੇ ਬਿਜੀ ਹੋ ਜਾਂਦੇ। ਪਹਿਲੀ ਲਾਈਫ ਚੰਗੀ ਸੀ ਨਾ ਬੀਜੀ? ਬੀਜੀ ਮੇਰੀ ਗੱਲ ਸੁਣੋ,
ਮੈਂ ਚੱਲੀ ਜਰਾ ਕੇ ਸ਼ਹਿਰ ਨੂੰ ਮੈਂ ਬੈਂਕ ਚ ਹੋਵਾਂ ਹੋਇਆ ਮੁੰਡੇ ਤੁਹਾਡੇ ਦੇ ਪੈਸੇ ਆਏ ਆ ਚਲੋ ਬਹੁਤ ਵਧੀਆ ਵਾ ਤੇ ਨਾਲੇ ਮੇਰਾ ਇਰਾਦਾ ਸੀ ਵੀ ਉੱਤੋਂ ਦੇਣ ਦਿਆਰ ਆਇਆ ਵਾ ਤੇ ਨਾਲੇ ਪੈਸੇ ਲੈ ਕੇ ਤੇ ਚੱਲ ਮੈਂ ਨਾਲੇ ਦਵਿੰਦਰ ਕੋ ਵੀ ਹੋਵਾਂ ਲੈ ਆ ਤੇ ਬਹੁਤ ਵਧੀਆ ਗੱਲ ਆ ਲੈ ਕੇ ਦੇਵਾਂ ਮੇਰੀ ਧੀ ਕੋ ਫੇਰਾ ਮਾਰ ਦੇ ਰੋ ਤੇ ਮੈਨੂੰ ਵੀ ਸਭ ਕੋ ਚੰਗਾ ਲੱਗੇ ਕਿਆ ਕਰਨਾ ਬੀਜੀ ਕਿਉਂ ਨਹੀਂ ਜਾਇਆ ਕਰਨਾ ਇੱਕ ਇੱਕ ਤੇਰਾ ਨਾਂ ਨਾ ਸਾਡੀ ਚਲੋ ਬਹੁਤ ਵਧੀਆ ਗੱਲ ਆ ਪੁੱਤ ਮੈਂ ਕਿਹਾ ਦੇਣ ਦਿਆਰ ਆਇਆ ਉੱਤੋਂ ਨਾਲੇ ਪੈਸੇ ਆ ਤੇ ਪੈਸੇ ਲੈ ਕੇ ਤੇ ਨਾਲੇ ਮੈਂ ਕੁਝ ਦੇਵਾਂ ਉਹਨੂੰ ਨਾਲੇ ਹੋਵਾਂ ਚਲੋ ਹੋਇਆ ਚਲੋ ਫਿਰ ਮੈਂ ਜਾਣੀ ਫਿਰ ਹੈ ਤੁਸੀਂ ਬਹੁ मासी जी कित्थे गए ना पिंड च धमान आ किसी दे तो सद आया ही उत्थे गए आ ते पाजी ओ भी हुणे बाहर निकल के गए आ अच्छा अज लेट नहीं होगी काम कर ਉਹ ਲੇਟ ਫਿਰ ਵੇਲੀ ਦਾ ਵੀ ਕਰਨਾ ਪੈਂਦਾ ਮੰਮੀ ਅੱਜ ਟਾਈਮ ਨਾਲ ਉਧਰ ਚਲ ਗਏ ਨਾ ਉਧਰ ਜਮ ਨਾਲ ਹਸਪਤਾਲ ਨੂੰ ਦਵਾਈ ਲੈਂਦੇ ਆ ਨਹੀਂ ਮੇਰੀ ਗੱਲ ਸੁਣੋ ਦੱਸੋ ਅਚਾਨਕ ਹੀ ਛਾਪਾ ਮਾਰਿਆ ਕਿ ਤੇ ਫੋਨ ਹੀ ਕਰ ਦਿੰਦੇ ਬੰਦਾ 100 ਤਿਆਰੀ ਕਰ ਲੈਂਦਾ ਕੁਝ ਮੰਗਾ ਹੀ ਲੈਂਦਾ ਵਾ ਆਪਣੇ ਘਰ ਵੀ ਦੱਸਣ ਦੀ ਲੋੜ ਹੁੰਦੀ ਆ ਲੈ ਦੱਸਣ ਦੀ ਲੋੜ ਹੁੰਦੀ ਆ ਕਿ ਭੈਣ ਭਰਾ ਕਿਤੇ ਤੁਰਿਆ ਹੁੰਦਾ ਵਾ ਮੈਂ ਕਿਹੜਾ ਸਪੈਸ਼ਲ ਆਈ ਸੀ ਮੈਂ ਬੈਂਕ 'ਚ ਆਈ ਸੀ ਮੈਂ ਕਿਹਾ ਚਲ ਜਾਂਦੇ ਜਾਂਦੇ ਤੁਹਾਡੇ ਕੋਲ ਹੋ ਹੀ ਜਾਵਾਂ ਚਲ ਵਧੀਆ ਕੀਤਾ ਗੇ ਤੇ ਹੋਰ ਸੁਣਾਓ ਸਭ ਵਧੀਆ ਮੰਮੀ ਕਿੱਦਾਂ ਠੀਕ ਆ ਮੰਮੀ ਠੀਕ ਆ ਬੀਜੀ ਨੂੰ ਕਹਿਣੀ ਮੈਂ ਬੀਜੀ ਚੱਲੇ ਆਂ ਤੇ ਫਿਰ ਬੀਜੀ ਕਹਿੰਦੇ ਜਾਓ ਅੱਛਾ ਭਾਬੀ ਵੱਡੇ ਠੀਕ ਆ ਹਾਂਜੀ ਉਹ ਵੀ ਠੀਕ ਆ ਦੀਦੀ ਇੱਕ ਵਾਲੀ ਕਿੱਥੇ ਤੁਹਾਡੀ ਉਹ ਸੋਨੀ ਉਹੀ ਤੇ ਸਿਆਪਾ ਪੈ ਗਿਆ ਵਾ ਪਤਾ ਨਹੀਂ ਕੰਮ ਕਰਦੀ ਦੀ ਉਹ ਦਿਨ ਮੈਂ ਦੀਦੀ ਨੂੰ ਆਖਿਆ ਸੀ ਘੁੱਟ ਕੇ ਮਿਲ ਦੇ ਪਤਾ ਨਹੀਂ ਉਹਨੇ ਖਰੇ ਮਿਲੀ ਨਹੀਂ ਤੇ ਮੈਂ ਤੇ ਇੱਟਾਂ ਛੱਟਣ ਹੋ ਗਈ ਸਵੇਰ ਦੀ ਲੱਭਣ ਦੇ ਹਾਏ ਇਦਾਂ ਕਿਦਾਂ ਸੋਟੀ ਤੁਸੀਂ ਆ ਇੱਕ ਹੈਗੀ ਆ ਤੇ ਭਗਵਾਨੀਆਂ ਵਾਲੀਆਂ ਸੀ ਤੇ ਕੀ ਕਹੂਗੀ ਅਗਲੀ ਉਹ ਤਾਂ ਮੈਨੂੰ ਟੈਨਸ਼ਨ ਪਈ ਆ ਤੇ ਭਲੇਖੇ ਨਾ ਹੀ ਆ ਗਏ ਮੇਰੇ ਕੋਲ ਵੀ ਮੈਂ ਤੇ ਉਹਦੇ ਨਹੀਂ ਲਾਉਣੀਆਂ ਮੇਰੀ ਗੱਲ ਸੁਣੋ ਚੱਲ ਵੱਡੀ ਦੀਦੀਆਂ ਹੁੰਦੀਆਂ ਤੇ ਕੋਈ ਗੱਲ ਨਹੀਂ ਹੈ ਵੀ ਵਿਚਾਰੀ ਗਰੀਬਣੀ ਦੀਆਂ ਸੀ ਤੇ ਕੋਈ ਗੱਲ ਨਹੀਂ ਘਰੇ ਹੀ ਡਿੱਗੀ ਆ ਕਿਹੜਾ ਬਾਹਰ ਡਿੱਗੀ ਆ ਲੱਭ ਜੂਗੀ ਚਲੋ ਕੋਈ ਨਹੀਂ ਬੈਠੋ ਭਾਬੀ ਜੀ ਮੈਂ ਚਾਹ ਬਣਾ ਲਾ ਹਾਂ ਵਾਲੀ ਗਵਾ ਕੇ ਬਹਿ ਗਈ ਆਹ ਵਾਲੀਆਂ ਤੇ ਤੇਰੇ ਕੋਲ ਮੈਂ ਕਢਾ ਕੇ ਖੜੂੰ ਇਹ ਨਾ ਸੋਚੀ ਵੇਖਾਂ ਗੱਡੀ ਚਲਾਕ ਆ ਆਉਂਦਿਆਂ ਵਾਲਿਆਂ ਤੇ ਨਿਗਾਹ ਪੈ ਗਈ ਉਹੋ ਜਿਹੀ ਉਹ ਵਾ ਜਿਹਨੇ ਇਹਨੂੰ ਵਾਲੀਆਂ ਲੈਣ ਘੱਲਤਾ ਵਾ ਦਿਨੀ ਤੈਨੂੰ ਵਾਲੀਆਂ ਵਾਲੀਆਂ ਲੈ ਕੇ ਜਾਈਂ ਉਹਦੇ ਭਲਾ ਹੋਵੇ ਮੇਰੇ ਪੁੱਤ ਦਾ ਜਿਹਨੇ ਮੈਨੂੰ ਚਕੰਨਿਆ ਕਰਤਾ ਆਉਂਦਿਆਂ ਹੀ ਕਿੱਡੀ ਤੇਜ਼ ਆ ਬੈਂਕ ਤਾਂ ਤੂੰ ਰਹੋ ਜਾਂਦੀ ਹੈ ਉਦੋਂ ਤਾਂ ਮੇਰੇ ਕੋਲ ਬੜੀ ਨਾ ਅੱਜ ਤੈਨੂੰ ਰਾਹ ਆ ਗਿਆ ਵਾ ਲੈ ਪ੍ਰਾਹੁਣੇ ਆਏ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਕਦੋਂ ਦੇ ਆਏ ਬਸ ਹੁਣੇ ਆਏ ਅੱਛਾ ਹੋਰ ਕਰੇ ਹਾਂਜੀ ਸਭ ਠੀਕ ਆ ਠੀਕ ਠਾਕ ਠੀਕ ਤੇ ਹੈਗਾ ਭਾਜੀ ਉਹਦੇ ਕਰ ਲਓ ਕੁਛ ਹੋਰ ਉਹਦੇ ਕਰ ਲਓ ਤੁਸੀਂ ਕਹਿਣਾ ਵਾ ਵੀ ਕੱਲ੍ਹ ਅਜਿਹੀ ਆਈ ਹੈ ਅਤੇ ਮਗਰੀ ਮੈਂ ਆ ਗਈ ਹਾਂ ਮੇਰੀ ਸੁਣੋ ਗੱਲ ਦੀਦੀ ਨਾ ਸਿੰਮੂ ਦੀਆਂ ਵਾਲੀਆਂ ਪਾਈ ਹੈ ਅਤੇ ਕਿਉਂ ਲੈਣ ਆਈ ਆ ਉਹ ਤੇ ਕਹਿੰਦੀ ਵਾਲੀਆਂ ਭਰਾ ਨੇ ਖਾ ਲਿਆ ਸੀ ਕਿੱਥੇ ਭਰਾ ਨੇ ਕਿੱਥੇ ਪਾ ਦਿੱਤੀਆਂ ਇਹ ਤੇ ਸਿੰਮੂ ਚਰੀ ਦੀਆਂ ਲੈ ਆਈ ਪਾ ਕੇ ਭਰਾ ਨੇ ਤੇ ਕਿਹਾ ਵੀ ਹੀਲਾ ਚਾ ਤੇ ਲਾ ਕੇ ਨਹੀਂ ਆਈ ਨਾ ਮਾਂ ਨੇ ਕਿਹਾ ਸੀ ਨਾ ਆਪ ਹੀ ਲਾ ਕੇ ਆਈ ਨਹੀਂ ਮਾਤਾ ਤੇ ਕਹਿੰਦੀ ਭਰਾ ਨੇ ਖਾ ਲਿਆ ਸੀ ਮੈਂ ਆਈ ਹੀ ਬੈਂਕ ਤੇ ਮੈਂ ਕਿਹਾ ਚਲ ਬੈਂਕ ਉਹ ਇਧਰ ਆਈ ਤੇ ਲੈ ਕੇ ਜਾਵਾਂ ਸੁਣੀਏ ਸੁਧਰਦੀ ਨਹੀਂ ਕੀ ਕਰਾਂਗਾ ਚੱਲ ਜੀ ਭਾਜੀ ਤੁਹਾਨੂੰ ਦੱਸਿਆ ਨਹੀਂ ਨਾ ਤੇ ਤੁਸੀਂ ਪੁੱਛੋ ਵੀ ਨਾ ਮੈਂ ਲੈ ਕੇ ਜਾਣੀ ਆ ਪਰਦੇ ਨਾਲ ਲੈ ਜਾਵਾਂਗੀ ਸੁਣੀਏ ਮੈਨੂੰ ਸਮਝ ਨਹੀਂ ਆਉਂਦੀ ਇਹਦੇ ਕੀ ਕਰਾਂ ਦੇ ਮਨ ਵਾਲੀ ਤਾਂ ਮੈਂ ਭਾਜੀ ਲੈ ਕੇ ਚਾਹੂੰਗੀ ਹੁਣ ਆਈ ਵੈਸੇ ਕੰਮ ਹੀ ਆ ਵਾਲੀਆਂ ਤਾਂ ਪੁੱਤ ਲੈ ਕੇ ਚਾਹੂੰ ਤੇਰੇ ਕੋਲ ਕਿਸੇ ਦਾ ਹੱਕ ਮੈਂ ਖੋਣ ਨਹੀਂ ਦਿੰਦੀ ਮੈਂ ਵੀ ਬੜੀ ਸੋਹਣੀ ਹਾਂ ਦਵਿੰਦਰ ਉਹ ਪ੍ਰਾਹੁਣੀ ਆਈ ਇਹਨੂੰ ਚਾਹ ਚੂ ਪਿਆ ਉਹ ਪਤਾ ਤੇਰੀ ਚਾਹ ਬਣੀ ਨਹੀਂ ਉਹ ਪਤਾ ਮੈਨੂੰ ਚਾਹ ਤੇ ਬਣ ਚੱਲੀ ਆ ਤੁਸੀਂ ਜਾ ਕੇ ਮਿਲੋ ਮੈਂ ਮਿਲ ਲਿਆ ਮਿਲ ਲਿਆ ਕਦੋਂ ਕਦੇ ਆਏ ਤੁਸੀਂ ਮੈਂ ਉੱਥੇ ਲਾ ਕੇ ਬਹਿ ਗਿਆ ਅੱਛਾ ਮੇਰੀ ਸੁਣ ਲਾ ਗੱਲ ਉਹਦਾ ਵਾ ਸੁਭਾਅ ਜਿਹੜੀ ਅੜ ਵਜਿਆ ਬੋਲਣ ਲੱਗੀ ਵੈਂਦੀ ਨਹੀਂ ਹੁੰਦੀ ਮੈਨੂੰ ਉਹਨੇ ਨਹੀਂ ਗੱਲ ਕੀਤੀ ਤੁਸੀਂ ਕੋਈ ਗੱਲਬਾਤ ਕੀਤੀ ਹੋਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਮੈਂ ਦੱਸਤਾ ਆਹੋ ਲੈ
मैं चाह बनाती रह गई हूँ, पता नहीं कदों कदान के डिया ही इको जे है दोवें अंतरे मेरे वैरी पता नहीं की गल करती हो रल के पुटन के मेरी बदनामी जी।